ਪੰਜਾਬ ਦੇ ਖਜ਼ਾਨਾ ਮੰਤਰੀ ਨੂੰ ਲੈ ਕੇ ਲਗਾਤਾਰ ਜੇ ਕਹੀਏ ਤਾਂ ਮੁਲਾਜ਼ਮਾਂ ਦਾ ਰੋਸ ਹਜੇ ਵੀ ਬਣਿਆ ਹੋਇਆ ਹੈ, ਕਿਉਂਕਿ ਮੁਲਾਜ਼ਮਾਂ ਦਾ ਕਹਿਣਾ ਕਿ ਤਨਖਾਹਾਂ ਉਹਨਾਂ ਨੂੰ ਸਮੇਂ ਸਿਰ ਨਹੀਂ ਮਿਲ ਰਹੀਆਂ। ਅਸੀਂ ਪੰਜਾਬ ਟੈਕਨੀਕਲ ਐਜੂਕੇਸ਼ਨ ਦੇ ਆਫਿਸ ਦੇ ਵਿੱਚ ਖੜ੍ਹੇ ਹਾਂ ਅਤੇ ਇੱਥੇ ਵੀ ਮੁਲਾਜ਼ਮ ਪ੍ਰੋਟੈਸਟ ਕਰ ਰਹੇ ਨੇ। ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦੇਣਾ ਜੋ ਕਿ ਕਾਫੀ ਹੈਰਾਨ ਕਰਨ ਵਾਲੀ ਆ। ਪੰਜਾਬ ਦੇ ਜਿਹੜੇ ਵਿੱਤ ਮੰਤਰੀ ਆ ਉਹਦੀ ਤੁਸੀਂ ਤਸਵੀਰ ਦੇਖੋ ਕਿ ਇਸ ਤਰ੍ਹਾਂ ਦੀ ਖਾਲੀ ਖਜ਼ਾਨਾ ਮੰਤਰੀ ਨਾਮ ਦੇ ਕੇ ਜਿਹੜਾ ਲਗਾਈ ਗਈ ਹੈ ਅਤੇ ਇੱਕ ਭਿਖਾਰੀ ਦੇ ਰੂਪ ਦੇ ਵਿੱਚ ਇਹਨੂੰ ਪੂਰੀ ਦਰਸਾਇਆ ਗਿਆ ਹੈਗਾ। ਮਨਪ੍ਰੀਤ ਬਾਦਲ ਦੀ ਇਹ ਤਸਵੀਰ ਹੈਗੀ ਆ ਜਿਹਦੇ ਨੀਚੇ ਇਹ ਵੀ ਲਿਖਿਆ ਕਿ ਨਵੇਂ ਟੈਕਸ ਲਾਏ, ਵਿਕਾਸ ਪ੍ਰੋਜੈਕਟ ਬੰਦ ਕੀਤੇ, ਲੋਕ ਭਲਾਈ ਯੋਜਨਾਵਾਂ 'ਤੇ ਕਾਟਾ ਫੇਰਿਆ ਯਾਨੀ ਕਿ ਉਹ ਵੀ ਬੰਦ ਕਰੀਆਂ, ਤਨਖਾਹਾਂ ਕੱਟੀਆਂ ਪਰ ਖਜ਼ਾਨਾ ਫਿਰ ਖਾਲੀ ਦਾ ਖਾਲੀ। ਹੁਣ ਭੀਖ ਮੰਗਣ ਲਈ ਹੀ ਬਾਕੀ ਰਹਿ ਗਿਆ, ਉਹ ਵੀ ਮੰਗ ਕੇ ਦੇਖ ਲਓ ਮੰਤਰੀ ਸਾਹਿਬ, ਸਾਫ਼ ਤੌਰ 'ਤੇ ਕਹੀਏ। ਦੂਜੇ ਪਾਸੇ ਦੇਖੋ ਤੁਸੀਂ ਪ੍ਰੋਟੈਸਟ ਦੇ ਜਿਹੜੇ ਲਗਾਤਾਰ ਮੁਲਾਜ਼ਮਾਂ ਦੇ ਚੱਲ ਰਹੇ ਨੇ, ਮੁਲਾਜ਼ਮਾਂ ਦਾ ਕਹਿਣਾ ਕਿ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਵਿੱਤ ਮੰਤਰੀ ਦੀ ਇਸ ਤਰ੍ਹਾਂ ਦੀ ਤਸਵੀਰ ਕਿਹਾ ਜਾ ਸਕਦਾ ਆਪਣੇ ਆਪ ਦੇ ਵਿੱਚ ਬੇਹੱਦ ਖਾਸ ਹੋ ਜਾਂਦੀ ਹੈ ਅਤੇ ਚਿੰਤਾਜਨਕ ਬਣ ਜਾਂਦੀ ਹੈ ਕਿ ਜਦੋਂ ਇੱਕ ਵਿੱਤ ਮੰਤਰੀ ਨੂੰ ਇਸ ਤਰ੍ਹਾਂ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਵੇ। ਮੁਲਾਜ਼ਮ ਹਮੇਸ਼ਾ ਹੀ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਆਪਣਾ ਰੋਸ ਵਿਅਕਤ ਕਰਦੇ ਰਹਿੰਦੇ ਨੇ, ਇਸ ਤਰ੍ਹਾਂ ਦੀ ਗੱਲਾਂ ਦਾ ਇਸਤੇਮਾਲ ਕਰਦੇ ਨੇ, ਪਰ ਜਦੋਂ ਇੱਕ ਤਸਵੀਰ ਇਸ ਤਰ੍ਹਾਂ ਦੀ ਬਣਾ ਕੇ ਪਾ ਦਿੱਤੀ ਜਾਵੇ ਤਾਂ ਉਹ ਕਾਫੀ ਹੈਰਾਨੀਜਨਕ ਹੁੰਦਾ। ਜਿਹੜੀ ਕਿੰਨੇ ਟਾਈਮ ਤੋਂ ਇਹ ਜਿਹੜੀ ਤੁਹਾਡੀ ਸੈਲਰੀ ਹੈ ਇਸ ਮਹੀਨੇ ਦੀ ਹੈ ਕਿ ਇਸ ਤੋਂ ਪਹਿਲਾਂ ਦੀ ਵੀ ਹੈਗੀ? ਇਹ ਸਾਡੇ 7 ਮਹੀਨੇ ਹੋ ਗਏ। 7 ਮਹੀਨੇ ਵਿੱਚ ਪਹਿਲਾਂ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਇਸ਼ੂ ਕਰਿਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਤੁਸੀਂ ਖਾਤੇ ਪ੍ਰਾਈਵੇਟ ਖਾਤੇ ਖੋਲ੍ਹੇ ਆ ਜਾਂ ਬਗੈਰ ਅਪਰੂਵਲ 'ਤੇ ਖਾਤੇ ਖੋਲ੍ਹੇ ਆ ਉਹਨਾਂ ਨੂੰ ਬੰਦ ਕਰੋ। ਲੇਕਿਨ ਵਿਭਾਗ ਨੇ ਕੀ ਕਰਿਆ, ਆਪਸ ਵਿੱਚ ਅਫਸਰਸ਼ਾਹੀ ਦੀ ਲੜਾਈ ਪੜ੍ਹਾਈ ਦੇ ਨਾਲ ਜਿਹੜੇ ਸਾਡੇ ਤਨਖਾਹਾਂ ਹੁਣ ਤੱਕ ਰਿਲੀਜ਼ ਨਹੀਂ ਹੋਈਆਂ, ਪਿਛਲੇ 4-5 ਮਹੀਨਿਆਂ ਤੋਂ ਡਾਇਰੈਕਟਰ ਟੀ ਆਂਡੇ ਨੂੰ ਬੇਨਤੀਆਂ ਕਰ ਕਰਕੇ ਤਨਖਾਹ ਸਾਨੂੰ ਕਦੀ 8 ਤਰੀਕ ਨੂੰ ਮਿਲਦੀ ਆ, ਕਦੀ 9 ਤਰੀਕ ਨੂੰ ਮਿਲਦੀ ਆ। ਖਾਤਿਆਂ ਦੀ ਜ਼ਿਕਰ ਹੈ, ਇਹ ਖਾਤਿਆਂ ਦਾ ਅਸਲੀ ਕੀ ਰੋਲਾ ਹੈ ਜੇ ਕਿਹਾ ਜਾਵੇ ਕਿ ਸਰਕਾਰ ਦੇ ਜਿਹੜੇ ਤੁਹਾਡੇ ਡਿਪਾਰਟਮੈਂਟ ਦੇ ਉਹਦੇ ਜੁੜੇ ਹੋਏ ਦੀ ਖਾਤਿਆਂ ਦੀ ਗੱਲ ਹੈ ਕਿ ਉਹ ਪ੍ਰਾਈਵੇਟ ਸੈਕਟਰ 'ਚ ਹੈਗੇ ਨੇ ਜਾਂ ਫਿਰ ਆਪਣੇ ਤੌਰ 'ਤੇ ਹੈਗੇ ਉਹਨਾਂ ਨੂੰ ਇੱਕ ਕਰਨ ਦੀ ਗੱਲ? ਸਰਕਾਰ ਨੇ ਤਾਂ ਉਹਨਾਂ ਨੂੰ ਇਹ ਹੁਕਮ ਦਿੱਤਾ ਵੀ ਜਿਹੜੇ ਤੁਸੀਂ ਬਗੈਰ ਅਪਰੂਵਲ 'ਤੇ ਖਾਤੇ ਖੋਲ੍ਹੇ ਆ ਇਹਨਾਂ ਨੂੰ ਬੰਦ ਕਰੋ, ਵੀ ਸਰਕਾਰ ਕੋਲ ਪੈਸਾ ਜਮ੍ਹਾਂ ਕਰਾਓ। ਲੇਕਿਨ ਸਾਡੇ ਦੋਨੇ ਵਿਭਾਗਾਂ ਦੇ ਐਡੀਸ਼ਨਲ ਡਾਇਰੈਕਟਰ ਜਿਹੜੇ ਆ ਵਿੰਗਾਂ ਦੇ, ਸ਼੍ਰੀ ਮੋਹਨਵੀਰ ਸਿੰਘ ਜੀ, ਸ਼੍ਰੀਮਤੀ ਦਲਜੀਤ ਕੌਰ, ਇਹ ਖਾਤੇ ਨਹੀਂ ਬੰਦ ਕਰਨ ਦਿੰਦੇ। ਹੁਣ ਫੈਸਲਾ ਇਹ ਹੋਇਆ ਵੀ 9 ਖਾਤੇ ਆ ਜਿਹੜੇ ਚਾਲੂ ਰੱਖਣੇ ਆ, 2 ਖਾਤੇ ਅਸੀਂ ਬੰਦ ਕਰਾਉਣੇ ਆ। ਲੇਕਿਨ ਅੱਜ ਉਹ ਉਹਨਾਂ ਨੂੰ ਵੀ 26/11/2019 ਨੂੰ ਫਾਈਲ ਤੋਰੀ ਸੀਗੀ, ਉਹ ਵੀ ਹੁਣ ਫਾਈਲ ਦਾ ਹਾਲ ਤੱਕ ਕੁਛ ਨਹੀਂ ਪਤਾ ਲੱਗਿਆ ਕਿੱਥੇ ਹੈ। ਪਰ ਪ੍ਰਮੁੱਖ ਸਕੱਤਰ ਜੀ ਨੇ ਸਾਨੂੰ ਆਪਣਾ ITI ਵਿੰਗ ਨਾ ਡਾਕਟਰ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਪ੍ਰਮੁੱਖ ਸਕੱਤਰ ਜੀ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ ਮੈਂ ਤੁਹਾਡੀ ਜਿਹੜੀ ਸੈਲਰੀਆਂ ਰਿਲੀਜ਼ ਕਰਾਊਂਗਾ। ਇਹ ਹੈਗੀ ਪਿਛਲੇ ਵੀਰਵਾਰ ਦੀ ਗੱਲ ਹੈ ਜੋ ਕਿ ਅੱਜ ਸੋਮਵਾਰ ਹੋ ਗਿਆ, ਉਹਨਾਂ ਨੇ ਵੀ ਕੋਈ ਵੀ ਇੰਟਰਸਟ ਨਹੀਂ ਲਿਆ। ਇਸ ਕਰਕੇ ਜਿਹੜਾ ਮੁਲਾਜ਼ਮ ਵਰਗ ਆ ਉਹ ਇੱਥੇ, ਸਾਡਾ ਜਿਹੜਾ ਪ੍ਰੋਟੈਸਟ ਹੈ ਕੰਟੀਨਿਊ ਹੈ ਜਦੋਂ ਤੱਕ ਸਾਡੀ ਸੈਲਰੀ ਨਹੀਂ ਪੈਂਦੀ। ਬਾਕੀ ਅਸੀਂ ਸਾਂਝਾ ਮੁਲਾਜ਼ਮ ਮੰਚ ਦੇ ਉਹਦੇ ਕਾਲ 'ਤੇ ਅਸੀਂ ਆਪਣਾ ਅੱਜ ਆਪਣਾ ਪ੍ਰੋਟੈਸਟ ਸ਼ੋ ਕਰ ਰਹੇ ਹਾਂ, ਰੋਸ ਮੁਜ਼ਾਹਰਾ ਕਰ ਰਹੇ ਹਾਂ। ਤੁਹਾਡੇ ਦਫ਼ਤਰ ਦੇ ਵਿੱਚ ਮਨਪ੍ਰੀਤ ਬਾਦਲ ਦੀ ਹੈ ਜਿਹੜੀ ਵਿੱਤ ਮੰਤਰੀ ਦੀ ਇੱਕ ਭਿਖਾਰੀ ਦੀ ਫੋਟੋ ਦੇ ਵਿੱਚ ਦਰਸ਼ਕ ਦਿਖਾਇਆ ਗਿਆ ਹੈਗਾ, ਲਿਖਿਆ ਹੋਇਆ ਕਿ ਸਾਰੀਆਂ ਸਕੀਮਾਂ ਬੰਦ ਕਰਤੀਆਂ। ਸਮਝਦੇ ਤੁਸੀਂ ਕਿ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹੈਗੇ ਨੇ ਕਿ ਮਨਪ੍ਰੀਤ ਬਾਦਲ ਨੂੰ ਤੁਸੀਂ ਸਿੱਧਾ ਕਹਿ ਰਹੇ ਹੋ ਕਿ ਸਕੀਮਾਂ ਬੰਦ ਕਰਤੀਆਂ ਪਰ ਫਿਰ ਵੀ ਖਜ਼ਾਨੇ ਦੇ ਹਾਲਾਤ ਨਹੀਂ ਬਦਲ? ਇਹ ਤਾਂ ਖਜ਼ਾਨੇ ਦੇ ਹਾਲਾਤ ਨਹੀਂ ਇਹਨਾਂ ਦੇ ਵਿਗੜਨੇ, ਜਦ ਤੱਕ ਇਹ 5 ਸਾਲ ਰਹਿੰਦੇ ਆ, ਇਹਨੇ 2.5 ਸਾਲ ਤਾਂ ਹੋ ਗਏ, ਇਹਨਾਂ ਦਾ ਇਹੀ ਹਾਲ ਰਹਿਣਾ, ਖਾਲੀ ਠੂਠੇ ਹੀ ਰਹਿਣੇ ਇਹਨਾਂ ਦੇ ਹੱਥ ਵਿੱਚ। ਇਹ ਮੁਲਾਜ਼ਮ ਵਰਗ ਨੂੰ ਇਹਨਾਂ ਨੇ ਰੋਲ ਦਿੱਤਾ, ਸਾਰੇ ਪੰਜਾਬ ਦੇ ਮੁਲਾਜ਼ਮਾਂ ਨੂੰ, ਕਿਉਂਕਿ ਨਾ ਇਹ DA ਦੀ ਕਿਸ਼ਤ ਦਿੰਦੇ ਆ, ਨਾ ਕੋਈ ਆਪਣਾ ਉਹ ਰਿਲੀਜ਼ ਕਰਦੇ ਆ, ਆਪਣਾ ਪੇ ਕਮਿਸ਼ਨ ਰਿਪੋਰਟ ਦਿੰਦੇ ਆ। ਆਪਣੇ ਵਿਧਾਇਕਾਂ ਨੂੰ ਇਹ ਸਾਰਾ ਆਪਣਾ ਸਰਕਾਰੀ ਖਜ਼ਾਨੇ 'ਚੋਂ ਖੁਸ਼ ਰੱਖਿਆ ਹੋਇਆ, ਮੁਲਾਜ਼ਮ ਵਰਗ ਨੂੰ ਜਿਹੜਾ ਵੀ ਪੀਸਿਆ ਹੋਇਆ ਇਹਨਾਂ ਨੇ। ਤਾਂ ਹੀ ਕਰਕੇ ਜਿਹੜੀ ਇਹ ਫੋਟੋ ਹਰੇਕ ਮਹਿਕਮੇ 'ਚ ਲੱਗੀ ਹੋਈ ਹੈ ਮਨਪ੍ਰੀਤ ਬਾਦਲ ਦੀ, ਕਿਉਂਕਿ ਇਹਨੇ ਮਹਿਕਮੇ ਦਾ ਬੇੜਾ ਗਰਕ ਕਰਤਾ, ਸਾਰਿਆਂ ਦਾ, ਸਾਰੇ ਪੰਜਾਬ ਦਾ ਇਸਨੇ ਬੇੜਾ ਗਰਕ ਕੀਤਾ ਹੋਇਆ। ਸੋ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਹਾਂ, ਜਾਂ ਤਾਂ ਇਹਨੂੰ ਇੱਥੋਂ ਇਹਦੇ ਕੋਲ ਮਹਿਕਮਾ ਖੋਲਿਆ ਜਾਵੇ, ਜਾਂ ਇਹਨੂੰ ਇੱਥੇ ਚੱਲਦਾ ਕਰੇ ਵੀ ਆਪਣੇ ਬਾਦਲ ਪਿੰਡ ਜਾ ਕੇ ਆਪਣੀਆਂ ਮਹਿਸਾਂ ਚਾਰੇ, ਜਾਂ ਆਪਣੇ ਟਰੈਕਟਰ ਟਰਾਲੀਆਂ ਨੂੰ ਆਪਣੇ ਦੇਖੇ ਇੱਥੇ ਮੁਲਾਜ਼ਮਾਂ ਵਰਗ ਨੂੰ ਬਿਲਕੁਲ ਕੋਸੇ ਨਾ। ਜਿਸ ਤਰ੍ਹਾਂ ਦੇ ਨਾਲ ਕਾਫੀ ਹੈਰਾਨੀਜਨਕ ਕਰਨ ਵਾਲੀ ਇਹ ਤਸਵੀਰ ਹੈ ਕਿ ਮੁਲਾਜ਼ਮ ਇੰਨਾ ਪਰੇਸ਼ਾਨ ਹੋ ਚੁੱਕੇ ਨੇ ਕਿ ਇੱਕ ਵਿੱਤ ਮੰਤਰੀ ਦੀ ਫੋਟੋ ਉਹ ਇਸ ਤਰ੍ਹਾਂ ਦੇ ਨਾਲ ਦਿਖਾਉਣੀ ਕਿ ਇੱਕ ਭਿਖਾਰੀ ਦੇ ਰੂਪ ਦੇ ਵਿੱਚ ਸਾਫ਼ ਤੌਰ 'ਤੇ ਦਰਸਾਇਆ ਜਾਣਾ, ਅਤੇ ਉਹ ਵੀ ਇਸ ਐਂਟਰੀ ਪੁਆਇੰਟ 'ਤੇ ਜਿੱਥੋਂ ਕਿ ਆਮ ਕਰਕੇ ਵੀ ਲੋਕ ਨੇ ਕੰਮਕਾਜ ਵਾਸਤੇ ਆਉਂਦੇ ਨੇ, ਮੁਲਾਜ਼ਮ ਕੰਮਕਾਜ ਵਾਸਤੇ ਆਉਂਦੇ ਨੇ। ਕਿਹਾ ਜਾ ਸਕਦਾ ਕਿ ਮਨਪ੍ਰੀਤ ਬਾਦਲ ਨੂੰ ਲੈ ਕੇ 26 ਮੁਲਾਜ਼ਮਾਂ ਦੇ ਵਿੱਚ ਰੋਸ ਸਾਫ਼ ਤੌਰ 'ਤੇ ਦਰਸਾਉਂਦਾ ਕਿ ਸਰਕਾਰ ਨੂੰ ਵੀ ਹੁਣ ਇਹ ਮੰਗ ਕਰ ਰਹੇ ਨੇ ਕਿ ਇਸ ਵਿੱਤ ਮੰਤਰੀ ਨੂੰ ਬਦਲਿਆ ਜਾਵੇ। ਕਿਹਾ ਜਾ ਸਕਦਾ ਚੰਗੇ ਹਾਲਾਤ ਬੇਸ਼ੱਕ ਹਜੇ ਨਹੀਂ ਆਏ, ਪਰ ਜਿਸ ਤਰ੍ਹਾਂ ਦੇ ਨਾਲ ਫੋਟੋਆਂ ਹੁਣ ਵਿੱਤ ਮੰਤਰੀ ਦੀਆਂ ਲੱਗ ਰਹੀਆਂ ਨੇ ਉਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਹੋਇਆ ਜ਼ਰੂਰ ਦਿਖਾਈ ਦਿੰਦਾ ਹੈ। ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਸੁਮਿਤ ਜੋਸ਼ੀ, ਜਨਤਾ TV, ਚੰਡੀਗੜ੍ਹ।